ਅਸੀਂ ਪਹੁੰਚ ਚੁੱਕੇ ਹਾਂ ਜੀ ਮੈਰਾਥੋਨ ਤੇ, ਤੇ ਤੁਸੀਂ ਚੈੱਕ ਕਰੋ ਲਾਈਨ ਅਪ ਹੋ ਜਾ ਬਾਈਕ ਦਾ। ਓਏ ਹੋਏ 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 ਕੀ ਬਾਤ ਹੈ, ਰਾਈਡਰ ਤੇ ਵਧੀਆ ਜੇ ਨਾਲ ਕੋਈ ਸੱਟ ਨਾ ਲੱਗ ਜੇ ਕੁਛ, ਜੇ ਕਿਸੇ ਨੂੰ ਫਸਟ ਏਡ ਦੀ ਲੋੜ ਪੈ ਗਈ ਜਾਂ ਕੁਛ, ਹੈ ਨਾ, ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਪੈ ਗਈ। ਗਾਣਾ ਕਿਹੜਾ ਲੱਗਾ ਆਪ ਤੂੰ ਭਾਗ ਮਿਲਖਾ ਹੈ, ਇਹੜਾ ਬੰਦਾ ਨਾ ਅਸਲੀ ਰਾਈਡਰ ਸੀ, ਚੈੱਕ ਕਰੋ ਤੁਸੀਂ ਕਿਤੇ ਪੰਜਾਬ ਦੀ ਬਾਈਕ ਹੁੰਦੇ। ਓਏ ਹੋਏ 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 ਸਾਰੀਆਂ ਬਾਈਕਸ ਆ ਗਈਆਂ ਵਾ ਅਤੇ ਸਾਰੇ ਹੀ ਆਪਣੇ ਰਾਈਡਰਸ ਪਹੁੰਚ ਚੁੱਕੇ ਆ। ਹਾਂ ਜੀ ਕਿੱਦਾਂ ਸਾਰੇ, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਵੀਰ ਮੇਰੇ। ਸਵੇਰ ਦੇ ਵਜੇ ਆ ਜੀ 5, ਤੁਸੀਂ ਚੈੱਕ ਕਰੋ ਬਾਈਪਾਸ ਤੇ ਖਲੋਤੇ ਆ ਕਿੰਨਾ ਹਨੇਰਾ ਵਾ, ਅਤੇ ਆਪਾਂ ਚੱਲੇ ਹਾਂ ਜੀ ਅੱਜ ਰਾਈਡ 'ਤੇ, ਅਤੇ ਨਾਲ ਆਪਣੇ ਸਾਰੇ ਵੀਰ ਭਰਾ ਬਾਈਕ 'ਚ ਲੱਗੀਆਂ ਵਾ, ਕੁਛ ਆ ਗਏ ਕੁਛ ਨੂੰ ਆਪਾਂ ਡੀਕਦੇ ਪਏ ਹਾਂ। ਇਹ ਆਪਣਾ ਭਰਾ ਵਾ ਪ੍ਰਵੇਸ਼, ਕੀ ਹਾਲ ਚਾਲ? ਵਧੀਆ ਵਧੀਆ, ਇਹ ਵੀ ਆਪਣਾ ਅੱਜ ਰਾਈਡ 'ਤੇ ਜਾਊਗਾ ਨਾਲ, ਅਤੇ ਬਾਈਕਸ ਆਪਣੀਆਂ ਲੱਗੀਆਂ ਤੁਸੀਂ ਚੈੱਕ ਕਰ ਸਕਦੇ ਜੇ, ਕੁਛ ਬਾਈਕਸ ਆ ਗਈਆਂ ਵਾ ਅਤੇ ਕੁਛ ਆਉਣੀਆਂ ਵਾ ਸੁਪਰ ਮੀਟਿੰਗ ਔਰ ਇੰਟਰਸੈਪਟਰ ਸਾਰੀਆਂ ਲੱਗੀਆਂ ਵਾ ਜੀ। ਆਪਣੇ ਹੋਰ ਬਾਈਕਸ ਆ ਗਈਆਂ ਵਾ ਅਤੇ ਸਾਇਲੈਂਸਰ ਚੈੱਕ ਕਰੋ ਤੁਸੀਂ। ਓਏ ਹੋਏ 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 ਕੀ ਬਾਤ ਹੈ, ਜਿਹੜੀ ਆਪਣੀ ਅੱਜ ਦੀ ਰਾਈਡ ਹੈ ਨਾ, ਰਾਈਡ ਹੈਗੀ ਆ 30 ਕਿਲੋਮੀਟਰਸ ਦੀ, ਅਤੇ ਜਿਹੜੀ ਇਹ ਰਾਈਡ ਆ ਇਹ ਹੈਗੀ ਵਿਕਟਰੀ ਰਨ, ਵੀ ਜਿਹੜੇ ਜਿੰਨੇ ਵੀ ਸਾਡੇ ਜਿਹੜੇ ਆਰਮੀ ਦੇ ਹੈਗੇ ਫੌਜੀ ਉਹਨਾਂ ਨੇ ਭੱਜਣਾ ਵਾ, ਅਤੇ ਆਪਾਂ ਨਾਲ ਨਾਲ ਉਹਨਾਂ ਦੇ ਬਾਈਕ ਚਲਾਉਣੀਆਂ ਵਾ, ਅਤੇ ਸਾਰੀਆਂ ਹੀ ਬਾਈਕ ਰੋਇਲ ਇਨਫੀਲਡ ਦੀਆਂ ਵਾ। ਇੱਧਰੋਂ ਇੱਧਰੋਂ ਆਪਾਂ ਜਾਣਾ ਪਹਿਲਾਂ ਖਾਸੇ, ਅਤੇ ਹੁਣ ਬਸ ਤਿਆਰੀ ਆ ਅਤੇ ਮੈਰਾਥੋਨ ਦੀ ਪੂਰੀ। ਤਾਂ ਤੁਸੀਂ ਚੈੱਕ ਕਰੋ ਕਿੰਨੇ ਬਾਈਕਰਸ ਆਪਣੇ ਸਾਰੇ ਭਰਾ ਆ ਗਏ ਆ ਜਿਹੜੇ ਜਿਹੜੇ ਰਹਿ ਗਏ ਸੀ, ਅਤੇ ਹੁਣ ਚਲੀਏ ਬਸ। ਜੀ ਰਾਈਡ ਆਪਣੀ ਸ਼ੁਰੂ ਹੋ ਗਈ ਆ, ਅਤੇ ਅਜੇ ਨਾ ਸਵੇਰ ਦੇ 6:15 ਹੀ ਹੋਏ ਆ, ਅਤੇ ਸਾਰੇ ਹੀ ਲਾਈਨ ਦੇ ਵਿੱਚ ਲੱਗ ਚੁੱਕੇ ਆ। ਜੀ ਪਹੁੰਚ ਚੁੱਕੇ ਹਾਂ ਜੀ ਮੈਰਾਥੋਨ ਤੇ, ਤੇ ਤੁਸੀਂ ਚੈੱਕ ਕਰੋ ਲਾਈਨ ਅਪ ਹੋਣ ਜਾ ਬਾਈਕਸ ਦਾ ਸਾਰਾ ਹੀ। ਆਪਾਂ ਜੀ ਆਪਣੇ ਨਾਲ, ਹੋਰ ਭਾਜੀ ਕੀ ਹਾਲ ਚਾਲ? ਬਸ ਵਧੀਆ ਵੀਰੇ, ਬਸ ਠੀਕ ਠਾਕ। ਸਾਰੀਆਂ ਬਾਈਕਸ ਤੋਂ ਲਾਈਨ ਅਪ ਹੋਣਗੀਆਂ, ਅਤੇ ਆਪਾਂ ਹੈਗੇ ਇਸ ਟਾਈਮ ਹੈਡ ਦੁਆਰ 'ਤੇ, ਅਤੇ ਆਹ ਤੁਸੀਂ ਚੈੱਕ ਕਰੋ ਬੈਕ ਟ੍ਰੈਫਿਕ ਰੋਕੀ ਹੋਈ ਇਹਨਾਂ ਨੇ, ਸਾਰਾ ਲਾਈਨ ਅਪ ਕਰਕੇ ਅਤੇ ਇੱਧਰ ਮੈਰਾਥੋਨ ਸ਼ੁਰੂ ਹੋਣ ਲੱਗਾ ਬਸ। ਨਾਲ ਆਪਾਂ ਜਾਵਾਂਗੇ, ਜੇ ਕਿਸੇ ਨੂੰ ਸੱਟ ਪਿੱਟ ਲੱਗ ਗਈ ਜਾਂ ਕੁਛ, ਤਾਂ ਆਪਾਂ ਦਾ ਹੈਲਪ ਕਰਾਂਗੇ ਉਹਨਾਂ ਦੀ। ਅਤੇ ਦਿਖਾਓ ਲਓ ਜੀ, ਸਾਰੇ ਹੀ ਕਰ ਰਹੇ ਆ ਸਵੇਰੇ ਸਵੇਰੇ 6:30 ਦਾ ਟਾਈਮ ਹੈ, ਤੁਸੀਂ ਚੈੱਕ ਕਰੋ ਨਾਲ ਪ੍ਰਵੇਸ਼ ਆਪਣੇ ਨਾਲ ਆ। ਪ੍ਰਵੇਸ਼ ਕਿਵੇਂ ਆ ਜੀ? ਆਪਾਂ ਕੁਛ ਕਿਹਾ ਕਰਾਵਾਂਗੇ ਇਹਨਾਂ ਨਾਲ ਅਗਲੇ ਰਾਈਡਰ ਤੋਂ, ਅਤੇ ਆ ਲਾਈਨ ਤੋਂ ਸਾਈਡ 'ਤੇ ਸਾਰੇ ਰਾਈਡਰਸ ਦੇ ਨਾਲ ਨਾਲ। ਹੁਣ ਆਪਾਂ ਥੋੜ੍ਹਾ ਜਿਹਾ ਅੱਗੇ ਆ ਗਏ ਹਾਂ, ਅਤੇ ਅੱਗੇ ਆ ਕੁਛ ਕੁ ਜਣੇ ਹੈਗੇ ਜਿਹੜੇ ਅੱਗੇ ਭੱਜਣ ਡੇ ਆ, ਬਾਕੀ ਸਾਰੇ ਪਿੱਛੇ ਹੀ ਆ ਵਿਚਾਰੇ। ਅਤੇ ਪਰ ਇਹ ਮੈਰਾਥੋਨ ਲੰਬੀ ਹੈ 'ਚ ਨਾ ਹੌਲੀ ਹੌਲੀ ਭੱਜਣਾ ਪੈਣਾ ਵਾ, ਬਟ ਆਪਾਂ ਲੈਣੇ ਅੱਜ ਬਾਈਕ ਦਾ ਆਨੰਦ ਪੂਰਾ, ਜਿੱਦਾਂ ਦੀ ਆਪਾਂ ਰੋਇਲ ਇਨਫੀਲਡ ਲਈ ਸੀ, ਅਤੇ ਆਪਾਂ ਇੱਥੇ ਕਦੀ ਰਾਈਡ ਨਹੀਂ ਕੀਤੀ, ਮੇਰੀ ਆਪਣੀ ਫਸਟ ਰਾਈਡ ਹੈਗੀ ਅੱਜ। ਚੈੱਕ ਕਰੋ ਵੱਖਰੇ ਵੱਖਰੇ ਮਾਡਲਸ ਹੈਗੇ ਸਾਰੇ ਹੀ,
ਤੇ ਵੱਡੇ ਮਾਡਲ ਸ ਕੁਛ ਪਿੱਛੇ ਆ ਕੁਛ ਅੱਗੇ ਆ ਪਿੱਛੇ ਆ ਰਿਹਾ ਮਾਡਲ ਕਿੰਨਾ ਸੋਹਣਾ ਜੀ ਆਪਾਂ ਬਿਲਕੁਲ ਫਰੰਟ ਵਾਲਿਆਂ ਦੇ ਲਾਗੇ ਆ ਗਏ ਹਾਂ ਜਿਹੜੇ ਫਰੰਟ 'ਤੇ ਭੱਜਣ ਡੇ ਆ ਤੇ ਹੈਲੋ ਗਾਇਸ ਹੈਲੋ ਗਾਂਧੀ ਮੁੰਡਿਆੜੇ ਆ ਹੋਰ ਅੱਗੇ ਭੱਜਣ ਡੇ ਆ ਦੋ ਤਾਂ ਜਣੇ ਹੀ ਆ ਭੱਜ ਗਏ ਸਾਰੇ ਚੀਅਰਸ ਕਰਨ ਡੇ ਸਾਰੇ ਯਾਰ ਇੱਥੇ ਦੇਖੋ ਆ ਸਾਰੇ ਚੀਅਰਸ ਕਰਨ ਡੇ ਜੀ ਹੈਲੋ ਨਾਲ ਨਾਲ ਕੋਈ ਸੱਟ ਨਾ ਲੱਗ ਜੇ ਕੁਛ ਜੇ ਕਿਸੇ ਨੂੰ ਫਸਟ ਏਡ ਦੀ ਲੋੜ ਪੈ ਗਈ ਜਾਂ ਕੁਛ ਹਨਾ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਪੈ ਗਈ ਇਸ ਲਈ ਹੁੰਦਾ ਆ ਆਪਾਂ ਰਾਈਡਰਸ ਨਾਲ ਅਤੇ ਜਿਹੜਾ ਅਸਲੀ ਮਕਸਦ ਆ ਉਹੀ ਆ ਇਹ ਨਹੀਂ ਵੀ ਇਕੱਲੇ ਹਨਾ ਵੀ ਆਪਾਂ ਝੂਟੇ ਲੈਣਾ ਆ ਆਹ ਲੱਗਾ ਜੇ ਵਾਟਰ ਸਟੇਸ਼ਨ ਮੈਰਾਥੋਨ ਦੇ ਲਈ ਜੇ ਕਿਸੇ ਨੂੰ ਪਿਆਸ ਲੱਗਦੀ ਕੁਛ ਲੱਗਦੀ ਆ ਅਤੇ ਇੱਥੋਂ ਪਾਣੀ ਪੀ ਸਕਦੇ ਤੁਸੀਂ ਤੂੰ ਬਿਨਾਂ ਪਾਣੀ ਪੁਣੀ ਨਹੀਂ ਨਹੀਂ ਬਸ ਓਕੇ ਜਿੱਥੇ ਜਿੱਥੇ ਆਉਂਦਾ ਨਾ ਗੈਪ ਅਤੇ ਉੱਥੇ ਤਾਂ ਡਿਊਟੀਆਂ ਲੱਗੀਆਂ ਵਾ ਪੁਲਿਸ ਵਾਲਿਆਂ ਦੀਆਂ ਵੀ ਇੱਥੇ ਤਾਂ ਰਸਤੇ ਵੀ ਬੰਦ ਕਰ ਦਿੰਦੇ ਜਦੋਂ ਫਿਰ ਇਹ ਲੰਘਦੇ ਆ ਮੈਰਾਥੋਨ ਵਾਲੇ ਸਾਰੇ ਹੀ ਲਓ ਜੀ ਲੱਗੇ ਜੇ ਗਾਣੇ ਪੂਰੇ ਅਗਰ ਚੈੱਕ ਗਾਣਾ ਕਿਹੜਾ ਲੱਗਾ ਆਪ ਤੂੰ ਬਾਗ ਮਿਲਖਾ ਮਿਲਖਾ ਬਾਗ ਮਿਲਖਾ ਬਾਗ ਸਹੀ ਗੱਲ ਆ ਯਾਰ ਉੱਠਦਾ ਨਾ ਬੰਦਾ ਇੱਕ ਤੇ ਨਾ ਬੜਾ ਹੌਲੀ ਭੱਜਣ ਡਿਆ ਵਿਚਾਰਾ ਤੇ ਮੇਰਾ ਇਰਾਦਾ ਬਣਦਾ ਪ੍ਰਵੇਸ਼ ਨੂੰ ਗਾਂਹ ਛੱਡ ਆਈਏ ਹੈ ਉਹ ਵਿਚਾਰਾ ਇਕੱਲਾ ਹੀ ਭੱਜਣ ਡਿਆ ਇਰਾਦਾ ਆ ਚੈੱਕ ਕਰੋ ਇਹਨੂੰ ਮੈਂ ਕਿਹਨੂੰ ਕਹੀਏ ਮੋਟਰਸਾਈਕਲ ਦੇ ਪੈਰ ਨੂੰ ਗਾਂਹ ਛੱਡ ਆਈਏ ਫਸਟ ਮੈਂ ਲੈ ਆਈ ਵਿਚਾਰੇ ਨੂੰ ਲਓ ਜੀ ਆਪਣੇ ਨਾ ਯੋਗੇਸ਼ ਭਾਜੀ ਵੀ ਆ ਗਏ ਆਪਣੇ ਹੈਡ ਤੇ ਭਾਜੀ ਕੀ ਹਾਲ ਚਾਲ ਆ ਆਪ ਦੀ ਹਿਮਾਲਿਆ ਨੂੰ ਚੱਕੀ ਸਾਨੂੰ ਦੂਜਾ ਦਿੱਤਾ ਜੀ ਹੈ ਸ਼ਿਫਟ ਕਰ ਲਈਏ ਨਹੀਂ 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 ਆਹੀ ਰੱਖ ਲਓ ਹੋਰ ਵਧੀਆ ਸਭ ਇਹ ਹੈਗੇ ਸਾਡੇ ਰਾਈਡ ਦੇ ਹੈਡ ਵੀਰ ਅੱਡੇ ਤੇ ਲਗਾਓ ਭਾਜੀ ਫਿਰ ਅੱਗੇ ਓਕੇ ਜੀ ਇਹ ਜਿਹੜਾ ਬੰਦਾ ਨਾ ਇਹ ਅਸਲੀ ਰਾਈਡਰ ਜੀ ਉਹ ਚੈੱਕ ਕਰੋ ਤੁਸੀਂ ਕਿੱਥੇ ਪੰਜਾਬ ਦੀ ਬਾਈਕ ਉਹਨੇ ਓਏ ਹੋਏ 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 ਮੇਰੇ ਦੋਵਾਂ ਮਿੰਟਾਂ 'ਚ ਗੈਪ ਹੋ ਗਿਆ ਤੂੰ ਮੋਟਰਸਾਈਕਲ ਲੰਘੂ ਹੈ ਲਓ ਜੀ ਲਗਭਗ ਮੈਰਾਥੋਨ ਨਾ ਕੰਪਲੀਟ ਹੋਣ 'ਤੇ ਹੀ ਆ ਅਤੇ ਘੰਟੇ ਲਾ ਟੋਲ ਪਲਾਜ਼ਾ ਵੀ ਆ ਗਿਆ ਵਾ ਆ ਕਰੋ ਚੈੱਕ ਟੋਲ ਪਲਾਜ਼ਾ ਵੀ ਆ ਗਿਆ ਅਤੇ ਟੋਲਾ 'ਚ ਬੰਦ ਆ ਹੈ ਮੈਰਾਥੋਨ ਕਰਕੇ ਜਿਹੜਾ ਟੋਲ ਪੈ ਜਾਣਾ ਸੀ ਸਾਨੂੰ ਕਿਉਂ ਪ੍ਰਵੇਸ਼ ਜਿਹੜੇ ਟੋਲ ਪੈ ਜਾਣਾ ਸੀ ਟੋਲ ਪੈ ਜਾਣਾ ਹੀ ਹੈ ਚੱਲ ਵੀ ਕੋਈ ਨਹੀਂ ਉਹ ਚਾਰਾ ਜਾਣ ਡਿਆ ਇਕੱਲਾ ਹੀ ਜੀ ਸਾਡੀ ਡਿਊਟੀ ਸਾਡੀ ਡਿਊਟੀ ਇਹਨਾਂ ਕਿਹੜੇ ਸਿੰਗਲ ਸਿੰਗਲ ਰਹਿ ਗਿਆ ਉਹਨਾਂ ਨਾਲ ਹੀ ਆ ਕਿਉਂ ਵੀ ਝੁੰਡ ਸਾਰੇ ਝੁੰਡ ਸਾਰਾ ਹੈਗਾ ਇੱਕ ਗੱਲ ਹੈਗੀ ਝੁੰਡ ਸਾਰਾ ਪਿੱਛੇ ਹੀ ਪਿੱਛੇ ਦਾ ਵੀ ਬਹੁਤ ਹੈ ਪਿੱਛੇ ਹੀ ਕਹਿੰਦਾ ਮੈਰਾਥੋਨ ਹੁੰਦਾ ਨਾ ਸਾਰੇ ਖਿਲੜ ਜਾਂਦੇ ਮੈਂ ਹਿਸਾਬ ਲਾ ਹਨਾ ਇਕੱਠੇ ਨਹੀਂ ਸਿੰਗਲ ਸਿੰਗਲ ਰਹਿ ਜਾਂਦਾ ਬੰਦਾ ਰੇਸ ਚੱਲੀ ਜਾਂਦੀ ਪਈ ਆ ਅਤੇ ਅਟਾਰੀ ਬਾਰਡਰ ਨਾ ਰਹਿ ਗਿਆ ਤਾਂ ਸਿਰਫ 5 ਕਿਲੋਮੀਟਰ ਚੈੱਕ ਕਰੋ ਤੁਸੀਂ ਸਿਰਫ 5 ਕਿਲੋਮੀਟਰ ਦੀ ਰੇਸ ਰਹਿ ਗਈ ਆ ਹੋਰ ਟੋਟਲ ਰੇਸ ਹੈਗੀ ਸੀ 30 ਕਿਲੋਮੀਟਰਸ ਅਤੇ ਬਸ ਕੁਛ ਕੁ ਜਣੇ ਅੱਗੇ ਆ ਅਤੇ ਪਿੱਛੇ ਝੁੰਡ ਹੀ ਆ ਰਿਹਾ ਪੂਰਾ ਪਿੱਛੇ ਆ ਰਿਹਾ ਨਾਕੇ ਵਗੈਰਾ ਵੀ ਚੈਕਿੰਗ ਦੇ ਸਾਰੇ ਲੱਗੇ ਆ ਅਤੇ ਆਪਾਂ ਨਾਲ ਨਾਲ ਹੀ ਹੁਣ ਇੱਧਰ ਲੈਫਟ ਸਾਈਡ ਤੋਂ ਹੋਣਾ ਆਪਾਂ ਹੁਣ ਆ ਗਿਆ ਜੇ ਬਾਰਡਰ ਇੰਡੀਆ ਪਾਕ ਸਿਰਫ 1 ਕਿਲੋਮੀਟਰ ਰਹਿ ਗਿਆ ਜੇ ਲੱਗਾ ਜੀ 2 ਆ ਉਹ ਲਾਹੌਰ ਲੋ ਚੈੱਕ ਕਰੋ ਲਾਹੌਰ 23 ਕਿਲੋਮੀਟਰ ਅਤੇ
ਬਾਰਡਰ 1 ਕਿਲੋਮੀਟਰ ਚਲੋ ਚੈੱਕ ਆ ਗਿਆ ਬਾਰਡਰ ਬਾਰਡਰ ਚੈੱਕ ਕਰੋ ਤੁਸੀਂ ਬੜਾ ਫੇਮਸ ਬਾਰਡਰ ਆ ਇੰਡੀਆ ਪਾਕਿਸਤਾਨ ਦਾ ਅਤੇ ਕਿੰਨੀਆਂ ਸੋਹਣੀ ਸੋਹਣੀ ਲਾਈਟਸ ਲੱਗੀਆਂ ਹੈ ਨਾ ਬਾਰਡਰ ਦੇ ਪੈਸੇ ਵਾਹਵਾ ਲਾਏ ਇਹਨਾਂ ਨੇ ਹੈ ਕਿਉਂ ਜੀ ਫਿਰ ਬੋਰਡ ਕਰਾਈ ਪੂਰੀ ਬਾਰਡਰ ਦੀ ਹੈ ਆ ਕੇ ਦੇਖੀਏ ਬਾਰਡਰ ਦੇ ਮੋਟਰਸਾਈਕਲ ਹੀ ਝੰਡਾ ਇੰਡੀਆ ਦਾ ਕਿਆ ਬਾਤ ਆ ਇੰਡੀਅਨ ਆਰਮੀ ਕਿਆ ਬਾਤ ਲਓ ਜੀ ਪਹੁੰਚ ਚੁੱਕੇ ਹਾਂ ਜੀ ਬਾਰਡਰ 'ਤੇ ਐਗਜੈਕਟਲੀ ਅਤੇ ਬਾਈਕਸ ਚੈੱਕ ਕਰੋ ਸਾਰੀਆਂ ਬਾਈਕਸ ਆ ਗਈਆਂ ਵਾ ਅਤੇ ਸਾਰੇ ਹੀ ਆਪਣੇ ਰਾਈਡਰਸ ਪਹੁੰਚ ਚੁੱਕੇ ਆ ਅਤੇ ਆ ਤੁਸੀਂ ਨਜ਼ਾਰਾ ਦੇਖੋ ਸਵੇਰੇ ਸਵੇਰੇ ਬਾਰਡਰ ਦਾ ਸਵੇਰੇ 8 ਵੱਜ ਗਏ ਆ 8:15 ਅਤੇ ਆ ਸਟੋਲਸ ਸਾਰੇ ਹੀ ਸ਼ਾਮੀ ਲੱਗੇ ਹੁੰਦੇ ਆ ਅਤੇ ਚੈੱਕ ਕਰੋ ਤੁਸੀਂ ਜੀ ਵਿਕਟਰੀ ਰਨ 'ਤੇ ਪਹੁੰਚ ਚੁੱਕੇ ਹਾਂ ਅਤੇ ਨਾਲ ਨੂੰ ਯੋਗੇਸ਼ ਜੀ ਕਿੱਦਾਂ ਮਹਾਰਾਜ ਬਹੁਤ ਵਧੀਆ ਇਹ ਮੇਰੇ ਤੋਂ ਪਹਿਲਾਂ ਆ ਗਏ ਹੈ ਤੁਹਾਨੂੰ ਕਹਿੰਦੇ ਹੌਲੀ ਬੜੀ ਚਲਾਉਂਦੇ ਹੈ ਹੌਲੀ ਬੜੀ ਚਲਾਉਂਦੇ ਯਾਰ ਫਿਰ ਆਪੇ ਨੇ ਕਿਹਾ ਤਾਂ ਹੌਲੀ ਚਲਾਓ ਬਰੀਫ ਆਪੇ ਨੇ ਕਿਹਾ ਹੌਲੀ ਚਲਾਓ ਇਹ ਵੀ ਗੱਲ ਹੈ ਹੈ ਨਹੀਂ ਨਹੀਂ ਵਧੀਆ ਅੱਜ ਤੇ ਬਹੁਤ ਵਧੀਆ ਹਾਂ ਹੋਰ ਪ੍ਰਵੇਸ਼ ਜੀ ਵਧੀਆ ਵਧੀਆ ਲਓ ਜੀ ਚੈੱਕ ਕਰੋ ਵਿਕਟਰੀ ਰਨ ਬਿਲਕੁਲ ਫਿਨਿਸ਼ ਲਾਈਨ 'ਤੇ ਆਪਾਂ ਹੈਗੇ ਹਾਂ ਇਸ ਟਾਈਮ ਅਤੇ ਮੈਡਲਸ ਸਾਰਿਆਂ ਨੂੰ ਮਿਲਦੇ ਪਏ ਜਿਹੜੇ ਪਹਿਲਾਂ ਪਹੁੰਚ ਗਏ ਆ ਅਤੇ ਆਹ ਤੁਸੀਂ ਦੇਖੋ ਜਿਹੜੇ ਪਹਿਲਾਂ ਪਹੁੰਚੇ ਆ ਅਤੇ ਹੁਣ ਨੈਕਸਟ ਆਉਣਗੇ ਇਹ ਸਾਰੇ ਪਹਿਲਾਂ ਪਹੁੰਚੇ ਜੇ ਅਤੇ ਨਾਲ ਸਰਟੀਫਿਕੇਟ ਵੀ ਮਿਲੂਗਾ ਇਹਨਾਂ ਨੂੰ ਮਹਾਰਾਜ ਤੁਹਾਡੇ ਸਿਰ ਤੇ ਹੀ ਆ ਭਾਈ ਕਿੰਨਾ ਜਾਂਦਾ ਹਾਈ ਸਪੀਡ ਕਿੰਨੀ ਹੈ ਜੀ 170 ਤੇ ਲਾਇਆ ਫਿਰ ਕੀ ਬਾਤ ਆ 170 ਇਹ ਲੱਗਦਾ 125 ਤੱਕ ਮੇਰੇ ਵਾਲਾ ਵਧੀਆ ਵਧੀਆ ਬਾਈਕ ਚੈੱਕ ਕਰੋ ਮਿੱਤਰੋ ਕਿੰਨੀ ਘੈਂਟ ਬਾਈਕ ਆ ਰਾਈਡ ਦਾ ਮਜ਼ਾ ਆਉਂਦਾ ਨਾ ਪੂਰਾ ਇੱਥੇ ਐਂਡ ਪੈਟਰੋਲ ਵਧੀਆ ਬਾਕੀ ਤੇ ਰਾਈਡ ਦੇ ਵੀ ਰਾਈਡਰ ਵੀ ਤੇ ਵਧੀਆ ਜੇ ਹੁਣ ਆਪਾਂ ਆ ਗਏ ਜੀ ਫਾਈਨਲ CP7 ਗੇਟ ਦੇ ਅੰਦਰ ਜਿੱਥੇ ਕਿ ਪ੍ਰੋਪਰ ਇੱਕ ਪ੍ਰਾਈਸ ਡਿਸਟ੍ਰੀਬਿਊਸ਼ਨ ਹੋਣੀ ਆ ਸਾਰਿਆਂ ਦੀ ਸਟੇਜ ਲੱਗੀ ਚੈੱਕ ਕਰੋ ਬੈਲੈਂਸ ਹੋ ਜਾਏਗਾ ਸਟੇਜ ਤੇ ਇਧਰਲੀ ਸਾਈਡ ਤੇ ਕਾਰਡਸ ਵਗੈਰਾ ਲੱਗੀਆਂ ਵਾ ਐਡਵਰਟਾਈਜ਼ਮੈਂਟ ਦੇ ਲਈ ਨਿਊ ਸਵਿਫਟ ਵੀ ਇੱਥੇ ਲੱਗੀ ਹੋਈ ਆ ਜਿਹਦੀ ਕਿ ਬਹੁਤ ਹੀ ਚਰਚਾ ਹੈ ਅੱਜ ਕੱਲ੍ਹ ਅਤੇ ਤੁਹਾਨੂੰ ਤਾਂ ਇੰਟੀਰੀਅਰ ਦਿਖਾ ਦਈਏ ਗੱਡੀ ਦਾ ਇੰਟੀਰੀਅਰ ਚੈੱਕ ਕਰੋ ਗੱਡੀ ਦਾ ਓਏ ਹੋਏ ਵਾਕਈ ਕਮਾਲ ਕੀਤੀ ਹੈ ਇਸ ਵਾਰ 'ਤੇ ਸਭ ਤੋਂ ਵੱਡੀ ਗੱਲ ਸਨਰੂਫ ਚੈੱਕ ਕਰੋ ਤੁਸੀਂ ਸਨਰੂਫ ਡਿਜ਼ਾਇਰ ਦੇ ਵਿੱਚ ਕਿਆ ਹੀ ਬਾਤ ਆ ਅਤੇ ਲੁਕਸ ਚੈੱਕ ਕਰੋ ਗੱਡੀ ਦੀਆਂ ਬੈਕ ਤੋਂ ਹਾਂ ਮੈਂ ਕਿਹਾ ਵਲੋਗ ਦੇ ਵਿੱਚ ਵੀ ਕੈਚ ਕਰ ਲਈਏ ਫਰੰਟ ਲੁੱਕ ਚੈੱਕ ਕਰੋ ਡਿਜ਼ਾਇਰ ਦੀ ਫਾਈਨਲੀ ਹੁਣ ਆਪਾਂ ਆ ਗਏ ਹਾਂ ਜੀ CP7 ਗੇਟ ਤੋਂ ਬਾਹਰ ਨੂੰ ਇਹਦੇ ਮੇਰੇ ਚੱਲਦੀ ਵੀ ਡਿਸਟ੍ਰੀਬਿਊਸ਼ਨ ਪ੍ਰਾਈਸ ਦੀ ਅਤੇ ਹੁਣ ਮਿੱਤਰੋ ਗੱਲ ਇੱਦਾਂ ਵੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਅਤੇ ਚੈਨਲ 'ਤੇ ਨਵੀਂ ਹੈ ਤਾਂ ਕਰ ਲਓ ਸਬਸਕ੍ਰਾਈਬ ਅਤੇ ਬਹੁਤ ਹੀ ਵਧੀਆ ਲੱਗਾ ਜਿੱਥੇ ਆ ਕੇ ਰਾਈਡ ਵੀ ਮੇਰੀ ਫਸਟ ਹੈਗੀ ਅੱਜ ਅਤੇ ਫਸਟ ਰਾਈਡ ਕੀਤੀ ਬਹੁਤ ਵਧੀਆ ਲੱਗਾ ਉਹ ਵੀ ਆਰਮੀ ਵਾਲਿਆਂ ਨਾਲ ਕੀਤੀ ਆਪਾਂ ਅਤੇ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਮੇਰਾ ਅਤੇ ਹੁਣ ਮਿੱਤਰੋ ਦੋ ਇਜਾਜ਼ਤ ਮਿਲਦੀ ਕਿ ਨਵੀਂ ਵੀਡੀਓ ਦੇ ਨਾਲ